ਇੱਕ ਬਾਈਕ ਅਤੇ ਇੱਕ ਟਰੱਕ ਨੂੰ ਬਚਾਉਂਦੇ ਦੂਜਾ ਟਰੱਕ ਦਰਖਤ ਦੇ ਨਾਲ ਜਾ ਟਕਰਾਇਆ, ਜਿਸ ਕਾਰਨ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਟਰੱਕ ਦੇ ਵਿੱਚ ਕੰਡਕਟਰ ਵੀ ਫਸ ਗਿਆ, ਜਿਸ ਕਾਰਨ ਉਹ ਫੱਟੜ ਹੋ ਗਿਆ। ਰਾਹਗੀਰਾਂ ਨੇ ਮੌਕੇ ਤੇ ਕੰਡਕਟਰ ਦੀ ਮਦਦ ਕੀਤੀ ਤੇ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਇਹ ਹਾਦਸਾ ਯਮੁਨਾਨਗਰ ਦੇ ਜਠਲਾਣਾ ਰੋਡ ਤੇ ਵਾਪਰਿਆ, ਜਦੋਂ ਟਰੱਕ ਅਨਿਯੰਤ੍ਰਿਤ ਹੋ ਕੇ ਪੇੜ ਦੇ ਨਾਲ ਜਾ ਟਕਰਾਇਆ। ਹਾਦਸੇ ਤੋਂ ਬਾਅਦ ਯੂਪੀ ਦੇ ਸ਼ਾਮਲੀ ਨਿਵਾਸੀ ਟਰੱਕ ਚਾਲਕ ਸ਼ੇਖਾਵਤ ਨੇ ਦੱਸਿਆ ਕਿ ਉਹ ਪੱਥਰ ਲੱਦ ਕੇ ਟਰੱਕ ਦਾ ਵਜ਼ਨ ਕਰਾ ਕੇ ਜਠਲਾਣਾ ਜਾ ਰਹੇ ਸੀ ਤੇ ਜਿਵੇਂ ਹੀ ਜਠਲਾਣਾ ਰੋਡ ਤੇ ਚੜ੍ਹੇ ਤਾਂ ਉਹਨਾਂ ਦੇ ਸਾਈਡ ਦੇ ਵਿੱਚ ਇੱਕ ਟਰੱਕ ਨਿਕਲਿਆ, ਜਿਸ ਦੀ ਸਾਈਡ ਦੇ ਵਿੱਚ ਇੱਕ ਬਾਈਕ ਵੀ ਸੀ ਅਤੇ ਦੋਵਾਂ ਨੂੰ ਬਚਾਉਂਦੇ ਉਹਨਾਂ ਦਾ ਟਰੱਕ ਅਨਿਯੰਤ੍ਰਿਤ ਹੋ ਕੇ ਪੇੜ ਦੇ ਨਾਲ ਜਾ ਟਕਰਾਇਆ, ਜਿਸ ਤੋਂ ਬਾਅਦ ਰਾਹਗੀਰਾਂ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਤੇ ਕੰਡਕਟਰ ਨੂੰ ਟਰੱਕ ਦੇ ਵਿੱਚੋਂ ਕੱਢ ਕੇ ਐਂਬੂਲੈਂਸ ਦੇ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਟਰੱਕ ਦੇ ਵਿੱਚੋਂ ਕੰਡਕਟਰ ਨੂੰ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਉੱਥੇ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਬਹੁਤ ਮਸ਼ਕਤ ਦੇ ਬਾਅਦ ਹਾਈਡਰਾ ਮਸ਼ੀਨ ਦੀ ਮਦਦ ਦੇ ਨਾਲ ਟਰੱਕ ਦੇ ਵਿੱਚ ਫਸੇ ਕੰਡਕਟਰ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਭਰਤੀ ਕਰਵਾਇਆ ਗਿਆ। ਫਿਲਹਾਲ ਜ਼ਖਮੀ ਕੰਡਕਟਰ ਦੀ ਹਾਲਤ ਗੰਭੀਰ ਹੋਣ ਦੇ ਚੱਲਦੇ ਉਸ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਯਮੁਨਾਨਗਰ ਟਰੋਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਘੋੜਾ ਗੱਡੀ ਜਾ ਰਹੀ ਸੀ, ਉਸਕੋ ਬਚਾਣੇ ਕੇ ਚੱਕਰ ਮੇ ਡਰਾਈਵਰ ਨੇ ਇਧਰ ਮੋੜ ਦਿਆ, ਬੜਾ ਗੰਭੀਰ ਹਾਦਸਾ ਹੋ, ਪਰ ਹਾਦਸੇ ਮੇ ਡਰਾਈਵਰ ਔਰ ਕੰਡਕਟਰ ਦੋਨੋਂ ਦੀ ਜਾਨ ਬਚ ਗਈ ਹੈ। ਹਮਨੇ 112 ਪੇ ਫੋਨ ਕੀਆ ਔਰ ਐਸ ਐਚ ਓ ਸਾਹਿਬ ਕੋ ਬੁਲਾਇਆ, ਐਂਬੂਲੈਂਸ ਵੀ ਬੁਲਾਈ, ਅਬ ਉਸਕੋ ਨਿਕਾਲਾ ਹਾਈਡਰਾ ਕੀ ਮਦਦ ਸੇ, ਅਬ ਉਸਕੋ ਐਂਬੂਲੈਂਸ ਤੇ ਸਿਵਲ ਹਸਪਤਾਲ ਰਾਦੌਰ ਮੇ ਭੇਜ ਦਿਆ। ਹਾਂਜੀ, ਫਸਾ ਹੁਆ ਭਾਈ ਕੰਡਕਟਰ ਇਸਕੇ ਅੰਦਰ, ਤਾਂ ਫਸੀ ਹੋਈ ਥੀ, ਨਜ਼ਰ ਪੜ ਗਈ, ਹਮਾਰੀ ਨਜ਼ਰ ਪੜੀ, ਏਕਦਮ ਆਕੇ ਹਮਾਰੇ ਹਾਦਸਾ ਹੋ ਤੋ ਹਮ ਵਾਪਿਸ ਆਏ, ਹਮਨੇ ਏਕਦਮ ਉਸਕੋ ਸਭ ਕੋ ਬੁਲਾਇਆ ਔਰ ਉਸਕੀ ਜਾਨ ਬਚ ਗਈ, ਪਰਮਾਤਮਾ ਦੀ ਕਿਰਪਾ ਹੋਈ ਜੀ, ਹਸਪੀਟਲ ਭੇਜ ਦਿਆ ਗਿਆ। ਹਾਂ ਠੀਕ ਹੈ ਜੀ ਬੰਦਾ। ਇੱਕ ਬਾਈਕ ਅਤੇ ਇੱਕ ਟਰੱਕ ਨੂੰ ਬਚਾਉਂਦੇ ਦੂਜਾ ਟਰੱਕ ਦਰਖਤ ਦੇ ਨਾਲ ਜਾ ਟਕਰਾਇਆ, ਜਿਸ ਕਾਰਨ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਟਰੱਕ ਦੇ ਵਿੱਚ ਕੰਡਕਟਰ ਵੀ ਫਸ ਗਿਆ, ਜਿਸ ਕਾਰਨ ਉਹ ਫੱਟੜ ਹੋ ਗਿਆ। ਰਾਹਗੀਰਾਂ ਨੇ ਮੌਕੇ ਤੇ ਕੰਡਕਟਰ ਦੀ ਮਦਦ ਕੀਤੀ ਤੇ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ। ਇਹ ਹਾਦਸਾ ਯਮੁਨਾਨਗਰ ਦੇ ਜਠਲਾਣਾ ਰੋਡ ਤੇ ਵਾਪਰਿਆ, ਜਦੋਂ ਟਰੱਕ ਅਨਿਯੰਤ੍ਰਿਤ ਹੋ ਕੇ ਪੇੜ ਦੇ ਨਾਲ ਜਾ ਟਕਰਾਇਆ। ਹਾਦਸੇ ਤੋਂ ਬਾਅਦ ਯੂਪੀ ਦੇ ਸ਼ਾਮਲੀ ਨਿਵਾਸੀ ਟਰੱਕ ਚਾਲਕ ਸ਼ੇਖਾਵਤ ਨੇ ਦੱਸਿਆ ਕਿ ਉਹ ਪੱਥਰ ਲੱਦ ਕੇ ਟਰੱਕ ਦਾ ਵਜ਼ਨ ਕਰਾ ਕੇ ਜਠਲਾਣਾ ਜਾ ਰਹੇ ਸੀ ਤੇ ਜਿਵੇਂ ਹੀ ਜਠਲਾਣਾ ਰੋਡ ਤੇ ਚੜ੍ਹੇ ਤਾਂ ਉਹਨਾਂ ਦੇ ਸਾਈਡ ਦੇ ਵਿੱਚ ਇੱਕ ਟਰੱਕ ਨਿਕਲਿਆ, ਜਿਸ ਦੀ ਸਾਈਡ ਦੇ ਵਿੱਚ ਇੱਕ ਬਾਈਕ ਵੀ ਸੀ ਅਤੇ ਦੋਵਾਂ ਨੂੰ ਬਚਾਉਂਦੇ ਉਹਨਾਂ ਦਾ ਟਰੱਕ ਅਨਿਯੰਤ੍ਰਿਤ ਹੋ ਕੇ ਪੇੜ ਦੇ ਨਾਲ ਜਾ ਟਕਰਾਇਆ, ਜਿਸ ਤੋਂ ਬਾਅਦ ਰਾਹਗੀਰਾਂ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਤੇ ਕੰਡਕਟਰ ਨੂੰ ਟਰੱਕ ਦੇ ਵਿੱਚੋਂ ਕੱਢ ਕੇ ਐਂਬੂਲੈਂਸ ਦੇ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿਸ ਤੋਂ ਬਾਅਦ ਟਰੱਕ ਦੇ ਵਿੱਚੋਂ ਕੰਡਕਟਰ ਨੂੰ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਉੱਥੇ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ
ਅਤੇ ਬਹੁਤ ਮਸ਼ਕਤ ਦੇ ਬਾਅਦ ਹਾਈਡਰਾ ਮਸ਼ੀਨ ਦੀ ਮਦਦ ਦੇ ਨਾਲ ਟਰੱਕ ਦੇ ਵਿੱਚ ਫਸੇ ਕੰਡਕਟਰ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਭਰਤੀ ਕਰਵਾਇਆ ਗਿਆ। ਫਿਲਹਾਲ ਜ਼ਖਮੀ ਕੰਡਕਟਰ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਉਸ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਯਮੁਨਾ ਨਗਰ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਘੋੜਾ ਗਾਡੀ ਜਾ ਰਹੀ ਸੀ, ਉਸਕੋ ਬਚਾਣੇ ਕੇ ਚੱਕਰ ਮੇ ਡਰਾਈਵਰ ਨੇ ਇਧਰ ਮੋੜ ਦਿਆ। ਬੜਾ ਗੰਭੀਰ ਹਾਦਸਾ ਹੋਇਆ, ਪਰ ਹਾਦਸੇ ਮੇ ਡਰਾਈਵਰ ਔਰ ਕੰਡਕਟਰ ਦੋਨੋਂ ਦੀ ਜਾਨ ਬਚ ਗਈ ਹੈ। ਹਮਨੇ 112 ਬਜੇ ਫੋਨ ਕੀਆ ਔਰ SHO ਸਾਹਿਬ ਕੋ ਬੁਲਾਇਆ, ਐਂਬੂਲੈਂਸ ਵੀ ਬੁਲਾਈ, ਅਬ ਉਸਕੋ ਨਿਕਾਲਾ ਹੈ ਹਾਈਡਰਾ ਕੀ ਮਦਦ ਸੇ, ਅਬ ਉਸਕੋ ਐਂਬੂਲੈਂਸ ਸੇ ਸਿਵਲ ਹਸਪਤਾਲ ਰਦੌਰ ਮੇ ਭੇਜ ਦਿਆ। ਹਾਂਜੀ, ਫਸਾ ਹੁਆ ਥਾ ਇੱਕ ਕੰਡਕਟਰ ਇਸ ਕੇ ਅੰਦਰ, ਤਾਂ ਫਸੀ ਹੋਈ ਥੀ, ਹਮਾਰੀ ਨਜ਼ਰ ਪੜੀ, ਏਕਦਮ ਆ ਕੇ ਹਮਾਰੇ ਹਾਦਸਾ ਹੋ ਤੋ ਹਮ ਵਾਪਿਸ ਆਏ, ਹਮਨੇ ਏਕਦਮ ਉਸਕੋ ਸਭ ਕੋ ਬੁਲਾਇਆ ਔਰ ਉਸਕੀ ਜਾਨ ਬਚ ਗਈ। ਪਰਮਾਤਮਾ ਦੀ ਕਿਰਪਾ ਹੋਈ ਜੀ, ਹੋਸਪਿਟਲ ਭੇਜ ਦਿਆ ਗਿਆ। ਹਾਂ ਠੀਕ ਹੈ ਜੀ ਬੰਦਾ।